ਸਬਜ਼ੀਆਂ ਅਤੇ ਬਾਲਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਨਵੰਬਰ ਵਿੱਚ ਮਹਿੰਗਾਈ ਦਰ ਡੇ ਕੇ ਸਿਫਰ ਤੇ ਪਹੁੰਚ ਗਈ ਹੈ। ਮਹਿੰਗਾਈ ਦਰ ਪਿਛਲੇ 5.5 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਹੈ, ਜਿਸ ਦੇ ਨਾਲ ਰਿਜ਼ਰਵ ਬੈਂਕ ਤੇ ਦਰਾਂ ਘਟਾਉਣ ਦਾ ਦਬਾਅ ਵੱਧ ਗਿਆ। ਮਹਿੰਗਾਈ ਦਰ ਤੇ ਆਧਾਰਿਤ ਥੋਕ ਕੀਮਤ ਸੂਚਕ ਅੰਕ ਅਕਤੂਬਰ 2013 ਵਿੱਚ 1.77% ਅਤੇ ਨਵੰਬਰ ਦੇ ਵਿੱਚ 7.52% ਸੀ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜੇ ਦੇ ਮੁਤਾਬਕ ਥੋਕ ਕੀਮਤ ਸੂਚਕ ਅੰਕ ਤੇ ਆਧਾਰਿਤ ਮਹਿੰਗਾਈ ਦਰ ਦਾ ਇਹ ਰੁਝਾਨ ਸਬਜ਼ੀਆਂ, ਖਾਸ ਕਰਕੇ ਪਿਆਜ਼, ਖਾਣ ਵਾਲੇ ਤੇਲ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਕਰਕੇ ਬਣਿਆ। ਖੁਰਾਕੀ ਮਹਿੰਗਾਈ ਦਰ ਮਈ ਤੋਂ ਗਿਰਾਵਟ ਵੱਲ ਹੈ ਅਤੇ ਹੁਣ ਕਰੀਬ 3 ਸਾਲ ਪਹਿਲਾਂ ਦੀ ਦਰ 0.63% ਤੇ ਪਹੁੰਚ ਗਈ ਹੈ। ਈਂਧਨ ਅਤੇ ਬਿਜਲੀ ਖੇਤਰ ਦੇ ਵਿੱਚ ਮਹਿੰਗਾਈ ਦਰ 4.91% ਤੱਕ ਡਿੱਗ ਪਈ, ਜੋ ਕਿ 2009 ਤੋਂ ਸਭ ਤੋਂ ਹੇਠਲੇ ਪੱਧਰ 'ਤੇ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਥੋਕ ਕੀਮਤ ਸੂਚਕ ਅੰਕ ਦੀ ਮਹਿੰਗਾਈ ਦਰ ਐਨ ਸਿਫਰ 'ਤੇ ਪਹੁੰਚੀ ਹੈ। ਪਿਛਲੀ ਵਾਰ ਜੁਲਾਈ 2009 ਵਿੱਚ ਇਹ ਸਿਫਰ ਤੋਂ ਹੇਠਾਂ ਮਨਫੀ 0.3% ਪਹੁੰਚ ਗਈ ਸੀ। ਲਗਾਤਾਰ 6 ਮਹੀਨਿਆਂ ਤੋਂ ਥੋਕ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਰੁਝਾਨ ਹੈ। ਸਨਅਤਕਾਰਾਂ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਹੋਰ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਸੰਕੇਤ ਦਿੱਤੇ ਸੀ ਕਿ ਜੇਕਰ ਮਹਿੰਗਾਈ ਦਰ ਵਿੱਚ ਗਿਰਾਵਟ ਜਾਰੀ ਰਹੀ ਤਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਨੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।